ਸਰਜੀਤ ਫੂਲ ਨੂੰ ਪੁੱਛ ਲਓ, ਉਹਨੂੰ ਜਦੋਂ ਜੇਲ੍ਹ ਹੋਈ ਹੈ ਉਹਨੂੰ ਪੁਲਿਸ ਨੇ ਫੜ ਕੇ ਕੁੱਟਿਆ, ਉਹਨੇ ਤਸ਼ੱਦਦ ਕੀਤਾ, ਉਹਦੇ ਝੂਠੇ ਪਰਚੇ ਪਾਏ। ਸਾਡੇ ਨਾਲ ਉਹ ਸਾਥੀ ਦੀ ਐ ਸੀ, ਸਾਡੇ ਨਾਲ ਬੋਲਦਾ ਵੀ ਨਹੀਂ ਸੀ, ਸਾਡੇ ਤੇ ਨਿੰਦਾ ਸੀ, ਸਟੇਜਾਂ ਤੋਂ ਬੋਲਦਾ ਸੀ। ਪਰ ਅਸੀਂ ਇਸ ਗੱਲ ਨੂੰ ਨਹੀਂ ਦੇਖਿਆ ਕਿ ਸਰਜੀਤ ਸਾਡੇ ਬਾਰੇ ਕੀ ਬੋਲਦਾ ਹੈ, ਅਸੀਂ ਇਹ ਦੇਖਿਆ ਵੀ ਸਾਡਾ ਸੰਘਰਸ਼ੀ ਸਾਥੀ ਹੈ, ਸਾਡੇ ਨਾਲ ਲੜਦਾ ਰਿਹਾ, ਸਾਡੇ ਨਾਲ ਖੜਦਾ ਰਿਹਾ, ਇਹਦੇ ਵਿਚਾਰ ਠੀਕ ਨੇ, ਇਹ ਕਿਸਾਨਾਂ ਮਜ਼ਦੂਰਾਂ ਦਾ ਹਾਮੀ ਹੈ, ਇਸ ਕਰਕੇ ਇਹਦੇ ਤੇ ਜ਼ਬਰ ਨਹੀਂ ਚੱਲਿਆ ਜਾਊਗਾ। ਬਠਿੰਡੇ ਮੋਰਚਾ ਲਾ ਕੇ ਸਰਜੀਤ ਫੂਲ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਂਦਾ, ਅਸੀਂ ਗਦਾਰ ਹਾਂ।